ਵਕਤ ਅਮਨ ਅਰੋੜਾ ਜੀ ਮੇਰੇ ਨਾਲ ਨੇ। ਅਮਨ ਜੀ, ਜ਼ਿਕਰ ਕਰ ਲਈਏ ਪੰਜਾਬ ਦਾ, ਸਰਕਾਰ ਦਾ ਔਰ ਗਵਰਨਰ ਦਾ। ਕੱਲ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਤਾਂ ਗਵਰਨਰ ਪੰਜਾਬ ਨੂੰ ਚਿੱਠੀ ਲਿਖੀ, ਪਰ ਹੁਣ ਗਵਰਨਰ ਵੱਲੋਂ ਵੀ ਰਿਪਲਾਈ ਆ ਗਿਆ ਹੈਗਾ। ਦੇਖੋ, ਇਸ ਤਰ੍ਹਾਂ ਕਿ ਗਵਰਨਰ ਸਾਹਿਬ ਦੇ ਰਿਪਲਾਈ ਮੈਟਰ ਨਹੀਂ ਕਰਦਾ ਹੈਗਾ, ਮੈਟਰ ਇਹ ਕਰਦਾ ਹੈ ਕਿ ਪੰਜਾਬ ਦੇ ਜਿਹੜੇ 3 ਕਰੋੜ ਲੋਕ ਨੇ ਉਹ ਕੀ ਚਾਹੁੰਦੇ ਨੇ। ਉਹ ਇਹ ਚਾਹੁੰਦੇ ਨੇ ਵੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਸਭ ਤੋਂ ਬਿਹਤਰੀਨ ਜਿਹੜਾ ਵਿਗਿਆਨੀ ਅਵੇਲੇਬਲ ਸੀਗਾ ਉਹਨੂੰ ਡਿਊ ਪ੍ਰੋਸੈਸ ਦੇ ਨਾਲ ਉਹਨਾਂ ਨੂੰ ਡਾਕਟਰ ਜੌਹਲ ਨੂੰ ਵਾਈਸ ਚਾਂਸਲਰ ਲਗਾਇਆ, ਤੇ ਉਸ ਤੋਂ ਬਾਅਦ ਇੱਕ ਵਿਅਕਤੀ 3 ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਦਰੜ ਕੇ ਜੇ ਆਪਣੀ ਮਨਮਾਨੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹ ਲੋਕਤੰਤਰ ਦਾ ਕਤਲ ਹੈ, ਇਹ ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਸਾਹਿਬ, ਤਰੀਕੇ ਨਾਲ ਗਵਰਨਰ ਸਾਹਿਬ ਕਹਿ ਰਹੇ, ਕਹਿੰਦੇ ਜੀ ਕੰਟੈਂਟ ਦਾ ਬਹੁਤ ਫਰਕ ਨਜ਼ਰ ਆ ਰਿਹਾ, ਕਹਿੰਦੇ ਚਿੱਠੀ ਨਹੀਂ ਮਿਲ ਰਹੀ ਪੰਜਾਬੀ ਵਾਲੀ। ਚਿੱਠੀਆਂ, ਮੈਂ ਤੁਹਾਨੂੰ ਭਾਵਨਾ ਦੀ ਗੱਲ ਕੀਤੀ ਹੈ, ਉਹ ਕੰਟੈਂਟ ਦੀ ਗੱਲ ਕਰਦੇ ਨੇ। ਮੈਂ ਕਹਿੰਦਾ ਭਾਵਨਾ ਵੱਡੀ ਹੁੰਦੀ ਹੈ ਕਿ ਕੰਟੈਂਟ ਬੈਟਰ ਹੁੰਦਾ। ਅਸੀਂ, ਸਾਡਾ ਮਕਸਦ ਬੜਾ ਸਪਸ਼ਟ ਹੈ ਕਿ ਅਸੀਂ 3.25 ਕਰੋੜ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਤੇ ਉਹਨਾਂ ਦੀ ਇੱਛਾਵਾਂ ਮੁਤਾਬਕ ਕੰਮ ਕਰਾਂਗੇ। ਹੁਣ ਉਹਨਾਂ ਨੂੰ ਕੋਈ ਕੰਟੈਂਟ ਪਸੰਦ ਆਉਂਦਾ ਨਹੀਂ ਆਉਂਦਾ, ਇਹ ਉਹਨਾਂ ਨੇ ਲੋਕਾਂ ਦਾ, ਪ੍ਰਦੇਸ਼ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਰਾਜਪਾਲ ਨੇ ਚੱਲਣਾ ਹੁੰਦਾ, ਨਾ ਕਿ ਇੱਕ ਰਾਜਪਾਲ ਦੇ ਮਗਰ ਸਾਰੇ ਪੰਜਾਬ ਨੇ ਲੱਗਣਾ। ਕੱਲ ਤੁਸੀਂ ਵੀ ਚਿੱਠੀ ਪੜ੍ਹੀ, ਤੁਸੀਂ ਚਿੱਠੀ 'ਚ ਕਿਹਾ ਕਿ ਜਿਹੜਾ ਗਵਰਨਰ ਸਾਹਿਬ ਕਿਸੇ ਦੇ ਪਿੱਛੇ ਲੱਗ ਕੇ ਕੰਮ ਕਰ ਰਹੇ ਆ, ਉਹ ਤਾਂ ਹੁਣ ਨਜ਼ਰ ਆ ਹੀ ਰਿਹਾ ਜੀ, ਆਪਦੇ ਆਕਾਵਾਂ ਦੇ ਪਿੱਛੇ ਲੱਗ ਕੇ ਕੰਮ ਕਰ ਰਹੇ ਨੇ, ਐ ਥੋੜਾ ਕੰਮ ਚੱਲਦਾ ਹੁੰਦਾ ਜੀ। ਅਸੀਂ ਜੇ ਤਾਂ ਕੋਈ ਡਾਕਟਰ ਜੌਹਲ ਦੀ ਕ੍ਰੈਡੀਬਿਲਿਟੀ ਦੇ ਵਿੱਚ, ਉਹਨਾਂ ਦੀ ਕਾਬਲੀਅਤ ਦੇ ਵਿੱਚ, ਉਹਨਾਂ ਦੇ ਐਕਸਪੀਰੀਅੰਸ ਦੇ ਵਿੱਚ, ਉਹਨਾਂ ਦੀ ਚਿੱਟੀ ਚਾਦਰ ਦੇ ਉੱਪਰ ਜੇ ਕਿਸੇ ਤਰੀਕੇ ਦਾ ਦਾਗ ਹੈ ਕੋਈ, ਤਾਂ ਕਹਿਣਾ। ਡਿਊ ਪ੍ਰੋਸੈਸ ਨਹੀਂ ਫੋਲੋ ਕੀਤਾ ਜੀ, ਇਸ ਕਰਕੇ ਮੈਂ ਰੱਦ ਕਰਦਾ ਜੀ। ਦਿਸ ਇਜ਼ ਜਿਵੇਂ ਹੋਇਆ ਫੈਸਲਾ ਉਵੇਂ ਹੀ ਉਵੇਂ ਦਾ ਉਵੇਂ ਰਹੂਗਾ। ਤਾਂ ਅਮਨ ਅਰੋੜਾ ਜੀ ਨਾਲ ਗੱਲਬਾਤ ਕਰ ਰਹੇ ਸੀ, ਕਹਿੰਦੇ ਫੈਸਲਾ ਜਿਵੇਂ ਪਹਿਲਾਂ ਕੀਤਾ ਸੀ ਸਰਕਾਰ ਨੇ, ਫੈਸਲਾ ਉਹੀ ਰਹੇਗਾ ਔਰ ਚੁਣੇ ਹੋਏ ਨੁਮਾਇੰਦੇ ਇਹ ਫੈਸਲਾ ਕਰਨਗੇ ਕਿ ਕਿਹੜੀ ਯੂਨੀਵਰਸਿਟੀ ਦਾ ਵੀਸੀ ਕੌਣ ਹੋਏਗਾ, ਨਾ ਕਿ ਗਵਰਨਰ। ਔਰ ਕਹਿ ਰਿਹਾ ਕਿ ਪਿਛਲੀਆਂ ਜਿਹੜੀਆਂ ਤਾਕਤਾਂ ਨੇ ਉਹ ਕੰਮ ਕਰ ਰਹੀਆਂ ਨੇ ਔਰ ਇਸੇ ਵਜ੍ਹਾ ਦੇ ਕਰਕੇ ਅਜਿਹੇ ਫੈਸਲੇ ਲੈ ਰਹੇ ਨੇ। ਕੈਮਰਾਮੈਨ ਲਾਲਤਾ ਦੇ ਨਾਲ ਰੋਹਿਤ ਪੱਕਾ, ABP ਸਾਂਝਾ, ਚੰਡੀਗੜ੍ਹ।